ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਜੀਵੀ ਮੈ ਰਜਿੰਦਰ ਕੌਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਗ੍ਰਿਫਤਾਰ ਗੈਂਗਸਟਰ ਦੀਪਕ ਤੀਨੂ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਿਆ ਪੁਲਿਸ ਉਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮਰਡਰ ਮਾਮਲੇ ਦੇ ਵਿੱਚ ਇਹ ਕੈਟਾਗਰੀ ਦੇ ਗੈਂਗਸਟਰ ਤੀਨੂ ਨੂੰ ਮਾਨਸਾ ਪੁਲਿਸ ਦੇ ਵੱਲੋਂ ਕੁਝ ਕិច្ਚ ਦੇ ਲਈ ਲਿਆਂਦਾ ਗਿਆ ਸੀ ਅਤੇ ਉਸ ਦੇ ਇਸ਼ਾਰੇ ਤੇ ਉਹ ਕਿਤੇ ਛਾਪੇਮਾਰੀ ਕਰਨ ਜਾ ਰਹੇ ਸਨ ਅਤੇ ਰਸਤੇ 'ਚ ਚੱਕਮਾ ਦੇ ਕੇ ਦੀਪਕ ਤੀਨੂ ਫਰਾਰ ਹੋ ਗਿਆ ਗੈਂਗਸਟਰ ਦੀਪਾਲ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਤਿਹਾਰਡ ਜੇਲ੍ਹ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕਪੂਰਥਲਾ ਜੇਲ੍ਹ 'ਚ ਗੈਂਗਸਟਰ ਦੀਪਕ ਤੀਨੂ ਨੂੰ ਮਾਨਸਾ ਦੇ ਨਾਲ ਕਾਨਫਰੰਸ ਕਾਲ ਹੋਈ ਸੀ ਜਿਸ ਤੋਂ ਬਾਅਦ ਉਹ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ 'ਚ ਸ਼ਾਮਿਲ ਸੀ ਇਸ ਦੌਰਾਨ ਤੀਨੂ ਦੇ ਫਰਾਰ ਹੋਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬ ਅਤੇ ਹਰਿਆਣਾ ਪੁਲਿਸ ਨੂੰ ਧਮਕੀ ਦਿੱਤੀ ਹੈ ਦਰਅਸਲ ਬਿਸ਼ਨੋਈ ਦੇ ਨਾਂ ਤੇ ਫੇਸਬੁੱਕ ਤੇ ਇੱਕ ਪੋਸਟ ਪਾਈ ਗਈ ਹੈ ਜਿਸ 'ਚ ਕਿਹਾ ਗਿਆ ਹੈ ਕਿ ਜੇਕਰ ਸਾਡੇ ਭਰਾ ਦੇ ਨਾਲ ਕੁਝ ਨਜਾਇਜ਼ ਹੋਇਆ ਤਾਂ ਇਸ ਦੇ ਮਾੜੇ ਨਤੀਜੇ ਕਿ ਦੀਪਕ ਤਿੰਨੂ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ ਨਾਹੀਂ ਨਹੀਂ ਮੂਸੇਵਾਲਾ ਕਤਲकांड ਤੋਂ ਬਾਅਦ ਲਾਰੈਂਸ ਅਤੇ ਤਿੰਨੂ ਵਿਚਾਲੇ ਕਾਨਫਰੈਂਸ ਕਾਲ ਵੀ ਹੋਈ ਸੀ ਪਰ ਬੀਤੀ ਰਾਤ 3 ਵਜੇ ਦੀਪਕ ਸੀਆਈਏ ਸਟਾਫ ਮਾਨਸਾ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਗੈਂਗਸਟਰ ਦੀਪਕ ਟੀਨੂ ਨੇ ਮਾਨਸਾ ਪੁਲਿਸ ਦੇ ਸੀਆਈਏ ਸਟਾਫ ਦੀ ਰਿਹਾਈ ਤੋਂ ਫਰਾਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋ ਗਏ ਨੇ ਜਿਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੱਡੇ ਐਕਸ਼ਨ ਲੈਂਦਿਆਂ ਸੀਆਈਏ ਇੰਚਾਰਜ ਨੂੰ ਸਸਪੈਂਡ ਕਰ ਦਿੱਤਾ ਹੈ ਇੰਨਾ ਹੀ ਨਹੀਂ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਵੀ ਹੁਕਮ ਜਾਰੀ ਕੀਤੇ ਨੇ ਐਸਐਨ ਆਲੀ ਪੂਰੇ ਪੰਜਾਬ ਨੂੰ ਅਲਰਟ ਤੇ ਰੱਖਿਆ ਗਿਆ ਹੈ ਅਤੇ ਫਰਾਰ ਗੈਂਗਸਟਰ ਦੀਪਾਲ ਦੇ ਲਈ ਸਾਰੇ ਪਾਸੇ ਘੇਰਾਬੰਦੀ ਕਰਕੇ ਤਲਾਸ਼ੀ ਮੋਹਮ ਸ਼ੁਰੂ ਕਰ ਦਿੱਤੀ ਹੈ ਇਸ ਦੀ ਜਾਣਕਾਰੀ ਖੁਦ ਡੀਜੀਪੀ ਗੌਰਵ ਯਾਦਵ ਨੇ ਟਵਿੱਟਰ ਰਾਹੀਂ ਸਾਂਝੀ ਕੀਤੀ ਹੈ ਤੀਨੂ ਦੇ ਫਰਾਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਵਿਰੋਧੀ ਧਿਰਾਂ ਦੇ ਵੱਲੋਂ ਮਾਨ ਸਰਕਾਰ ਨੂੰ ਕੇ ਰਿੰਨਾ ਸ਼ੁਰੂ ਕਰ ਦਿੱਤਾ ਹੈ ਪਾਜਪਾ ਦੇ ਪੰਜਾਬ ਸੂਬਾ ਜਨਨ ਸਕੱਤ ਸੁਭਾਸ਼ ਸ਼ਰਮਾ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਨੇ ਉਹਨਾਂ ਟਵੀਟ ਕਰਕੇ ਲਿਖਿਆ ਕਿ ਸਿੱਧੂ ਮੂਸੇਵਾਲਾ ਕਤਲ ਦੇ ਦੋਸ਼ੀ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਦੀਪਕ ਟੀਨੂ ਦਾ ਮਾਨਸਾ ਦੇ ਸੀਆਈਏ ਸਟਾਫ ਤੋਂ ਫਰਾਰ ਹੋਣਾ ਚਿੰਤਾ ਦਾ ਵਿਸ਼ਾ ਹੈ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸਿਆਸੀ ਦੌਰਿਆਂ ਦੇ ਵਿੱਚ ਰੁੱਝੇ ਹੋਏ ਹਨ ਪੰਜਾਬ ਚ ਡਰ ਮਰਾ ਰਿਹਾ ਹੈ ਦੀਪਕ ਟੀਨੂ ਦੇ ਫਰਾਰ ਹੋਣ ਤੇ ਪੂਰੇ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚੀ ਹੋਈ ਹੈ। ਭਾਜਪਾ ਨੇਤਾ ਤਰुण ਚੁੱਗ ਨੇ ਵੀ ਇਸ ਉੱਪਰ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਛੱਡ ਕੇ ਗੁਜਰਾਤ ਵਿੱਚ ਜਾ ਕੇ ਗਰਬਾ ਖੇ ਰਹੇ ਨੇ ਅਤੇ ਪੰਜਾਬ ਦੀ ਸਥਿਤੀ ਵਿਗੜੀ ਹੋਈ ਹੈ। ਜੋ ਵੀ ਪੁਲਿਸ ਦੀ ناکامی ਕਾਰਨ ਹੋਇਆ ਹੈ ਇਸ ਦੀ ਪੂਰਨ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਹ ਘਟਨਾ ਵੱਡੇ ਸਵਾਲ ਖੜੇ ਕਰਦੀ ਹੈ। ਹਾਈ ਪ੍ਰੋਫਾਈਲ ਮੂਸੇਵਾਲਾ ਮਰਡਰ ਕੇਸ ਜਿਸ ਨੇ ਪੰਜਾਬ ਦੇ ਅੰਦਰ ਇੱਕ ਭੇਜਾ ਵਾਤਾਵਰਣ ਪੈਦਾ ਕਰਤਾ ਉਸ ਕੇਸ ਦੇ ਇੱਕ આરોપી ਦੀਪਕ ਤੀਨੂਦੂ ਜਿਹਦਾ ਪੁਲਿਸ ਕਸਟਡੀ ਚ ਲਿਆਇਆ ਗਿਆ ਉਥੋਂ ਭੱਜ ਗਿਆ ਇਹ ਬੜੀ ਵੱਡੀ ਨਾਕਾਮੀ ਹੈ ਮੈਂ ਸਮਝਣਾ ਇੱਕ ਤਮੰਚਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੂੰਹ ਤੇ ਕਿ ਉਹ ਇੰਨੀ ਨਾਕਾਮ ਹੋ ਚੁਕੀ ਹੈ ਕਿ ਇੱਕ આરોપી ਜਿਹੜਾ ਫੜਿਆ ਗਿਆ ਉਹਨੂੰ ਵੀ ਅਸੀਂ ਰਸਤ ਦੀ ਨਹੀਂ ਲਗਦੀ ਔਰ ਸੀਆਈਏ ਸਟਾਫ ਦੀ ਕਸਟਡੀ ਭੱਜ ਜਾਂਦਾ ਸਪਸ਼ਟ ਕਰਨਾ ਪਏਗਾ ਕਿ ਉਹਨੂੰ ਹਜੇ ਕਈ ਗੱਲਾਂ ਆ ਰਹੀਆਂ ਹੱਤਕੜੀ ਨਹੀਂ ਲਾਈ ਸੀ ਪ੍ਰਾਈਵੇਟ ਗੱਡੀ 'ਚ ਲੈ ਕੇ ਜਾ ਰਹੀ ਸੀ ਐਸਾ ਰਾਤ ਦੇ 3 ਵਜੇ ਕੜਾ ਐਸਾ ਕੰਮ ਸੀ ਕਿ ਉਹਨੂੰ ਹੱਤਕੜੀ ਨਹੀਂ ਸਲਾਈ ਹੋਈ ਇਹ ਦਾਲ ਕਾਲੀ ਹੈ ਕਿ ਦਾਲ 'ਚ ਕੁਝ ਕਾਲਾ ਹੈ ਕਿਉਂ ਪਜਾਇਆ ਗਿਆ ਕੌਣ ਨੰਗਾ ਹੋ ਰਿਹਾ ਸੀ ਕਿਨੂੰ ਬਚਾਇਆ ਜਾ ਰਿਹਾ ਹੈ ਲੋਅ ਐਂਡ ਆਰਡਰ ਦੀ ਐਸੀ ਸਿਚੁਏਸ਼ਨ ਕਦੀ ਪੰਜਾਬ ਨਹੀਂ ਪੰਚਿਆ ਅਰ ਭਗਵੰਤ ਮਾਨ ਸਾਹਿਬ ਗੁਜਰਾਤ ਚ ਰਾਤ ਰਾਤ ਗਰਬਾ ਖੇਲ ਲੇ ਅਰ ਪੰਜਾਬ ਦੀ ਲੋਅ ਐਂਡ ਆਰਡਰ ਦੀ ਸਥਿਤੀ ਹਾਸ਼ੀਏ ਤਾ ਪੰਚੀ ਹੈ ਦੀ ਬੂਟੀ ਨੂੰ ਵਰਗੇ ਪੁਲਿਸ ਰਸ ਵਿੱਚ ਉਪਾਜਰੇ ਐਸ ਸਥਿਤੀ ਜੇ ਪੰਜਾਬ ਨੂੰ ਪੰਚਾਤਾ ਬੜੀ ਦੁਖਦ ਸਥਿਤੀ ਪਈ ਜਵਾਨ ਬਚਾਇਆ ਗਿਆ ਤਾਂ ਪੁਲਿਸ ਦੀ ਨਾਕਾਮੀ ਚ ਇੱਕ આરોપી ਜਿਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਉਹ ਵੀ ਪੱਜ ਐਸਾ ਕਿ ਪੂਰਾ ਪੰਜਾਬ ਇਸ ਗੱਲ ਤੋਂ ਸਦਮੇ ਚ ਕਿ ਮੂਸੇਵਾਲਾ ਦਾ ਜਿਹੜਾ ਕਾਂਡ ਹੈ ਉਹ ਸਦਮੇ ਚ ਲੇਕਿਨ ਉਹ ਸਦਮੇ ਚੋਂ ਵੀ ਜ਼ਿਆਦਾ ਹੋ ਗਿਆ ਕਿ ਜੇ આરોપી ਫੜਿਆ ਗਿਆ ਜੇ ਅਦਾਲਤ ਚ ਜਾਣਾ ਸੀ ਵਿਸ਼ੇ ਚਲਣਾ ਸੀ ਸਜ਼ਾਵਾ ਹੋਣੀ ਸੀ ਸਮਾਜ ਚ ਮੈਸੇਜ ਜਾਣਾ ਸੀ ਆਮ ਆਦਮੀ ਪਾਰਟੀ ਦੀ ਟੋਟਲ ਸਰਕਾਰ ਹਰ ਫਰੰਟ ਤੇ ਫੇਲਾ ਔਰ ਲਾਅ ਐਂਡ ਆਰਡਰ ਤੇ ਜ਼ੀਰੋ ਸੀ ਗੈਂਗਸਟਰ ਲਾਰੈਂਸ ਮਿਸ਼ਰੋਈ ਦੇ ਸਾਥੀ ਦੀਪਕ ਟੀਨੂ ਦੇ ਪੁਲਿਸ ਹਿਰਾਸਤ ਤੋਂ ਫਰਾਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਅਤੇ ਮਾਨ ਸਰਕਾਰ ਸ਼ੱਕ ਦੇ ਘੇਰੇ ਦੇ ਵਿੱਚ ਆ ਗਈ ਹੈ। ਵਿਰੋਧੀ ਲਗਾਤਾਰ ਪ੍ਰਸ਼ਾਸਨ ਅਤੇ ਸਰਕਾਰ ਦੇ ਕੰਮਕਾਜ ਤੇ ਸਵਾਲ ਚੁੱਕ ਰਹੇ ਨੇ। ਇਸ ਦੌਰਾਨ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਟਵੀਟ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ਸਿੱਧੂ ਮੂਸੇਵਾਲਾ ਕਤਲकांड ਚ ਫੜਿਆ ਗਿਆ ਗੈਂਗਸਟਰ ਦੀਪਕ ਬੀਤੀ ਰਾਤ ਮਾਨਸਾ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ ਹੈ। ਇਹ ਪੰਜਾਬ ਪੁਲਿਸ ਅਤੇ ਆਪ ਸਰਕਾਰ ਦੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ ਪਰ ਇਸ ਦੌਰਾਨ ਬੇਫਿਕਰ ਮੁੱਖ ਮੰਤਰੀ ਭਗਵੰਤ ਮਾਨ ਗ ਦੇ ਵਿੱਚ ਰੁਝੇ ਹੋਏ ਨੇ ਪੰਜਾਬ ਚ ਟਾਰਗੇਟ ਕਿਲਿੰਗ ਦਾ ਪਰਦਾਫਾਸ਼ ਕਰਦੇ ਹੋਏ ਰੋਪੜ ਪੁਲਿਸ ਨੇ ਪਾਕਿਸਤਾਨ ਅਤੇ ਆਈਐਸਆਈ ਦੇ ਅਤਵਾਦੀ ਮਾਡਿਊਲ ਦੇ ਦੋ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਖੁਦ ਟਵਿੱਟਰ ਤੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਅਤਵਾਦੀ ਫਿਰੋਜ਼ਪੁਰ ਦੇ ਆਰੀਫਕੇ ਇਲਾਕੇ ਦੇ ਵਿੱਚ AK-47 ਅਤੇ ਗੋਲਾ ਬਾਰੂਦ ਲੈ ਜਾ ਕੇ ਵੱਡੀ ਅਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫिराਕ ਦੇ ਵਿੱਚ ਸਨ ਪਰ ਸਮਾਂ ਰਹਿੰਦਿਆਂ ਪੰਜਾਬ ਪੁਲਿਸ ਦੇ ਵੱਲੋਂ ਟਾਰਗੇਟ ਕਿਲਿੰਗ ਦੇ ਇਸ ਮਾਡਿਊਲ ਦਾ ਪੰਡਾ ਹੋ ਜਾਂਦਾ ਦਿੱਤਾ ਹੈ। ਪੰਜਾਬ ਪੁਲਿਸ ਹਰ ਰੋਜ਼ ਨਸ਼ੇ ਅਤੇ ਸੰਬੰਧਿਤ ਰੈਕਟ ਦਾ ਪਰਦਾਫਾਸ਼ ਕਰ ਰਹੀ ਹੈ। ਨਸ਼ਿਆ ਖਿਲਾਫ ਚਲਾਈ ਇਸ ਮੋਹਮ ਦੇ ਮੱਦੇਨਜ਼ਰ ਹੁਣ ਅੰਮ੍ਰਿਤਸਰ ਐਸਟੀਐਫਡੀ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਪੁਲਿਸ ਨੇ ਜੇਲ੍ਹ ਦੇ ਅੰਦਰੋਂ ਬੈਠੇ ਜੰਮੂ ਕਸ਼ਮੀਰ ਤੋਂ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਇੱਕ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਇਸ ਨਾਲ ਹੀ ਪੁਲਿਸ ਨੇ 5.5 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਆਈਜੀ ਐਸਟੀਐਫ ਬਾਰਡਰ ਰੇਂਜ ਅਸ਼ਪਾਲ ਸਿੰਘ ਨੇ ਦੱਸਿਆ ਹੈ ਕਿ ਨਵਤੇਜ ਸਿੰਘ ਜਗਮੀਤ ਸਿੰਘ ਅਤੇ ਜਗਦੀਪ ਸਿੰਘ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਆਪਣੇ ਸਾਥੀਆਂ ਰਾਹੀਂ ਜੇਲ੍ਹ ਅੰਦਰ ਹੈਰੋਇਨ ਦਾ ਕਾਰੋਬਾਰ ਕਰਦੇ ਨੇ ਪੁਲਿਸ ਨੇ ਇੱਕ ਵਿਸ਼ੇਸ਼ ਆਪਰੇਸ਼ਨ ਤਹਿਤ ਨਤੇਜ ਅਤੇ ਜਗਮੀਤ ਸਿੰਘ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 500 ਗ੍ਰਾਮ ਹੈਰੋਇਨ ਸਮੇਤ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਗ੍ਰੇ ਡੈਡ ਐਕਸ਼ਨ ਰਿਸਪੌਂਸ ਪਲਾਨ ਪੂਰੇ ਐਨਸੀਆਰ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਦਿੱਲੀ ਐਨਸੀਆਰ ਦੇ ਵਿੱਚ ਵੱਧਦੇ ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਇਸ ਸਾਲ ਗ੍ਰੇਪ ਵਿੱਚ ਕਈ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਸਭ ਤੋਂ ਪਹਿਲਾ ਅਤੇ ਵੱਡਾ ਬਦਲਾਅ ਤਾਂ ਇਹ ਹੈ ਕਿ ਹਰ ਸਾਲ ਗ੍ਰੇਪ ਨੂੰ 15 ਅਕਤੂਬਰ ਤੋਂ ਲਾਗੂ ਕੀਤਾ ਜਾਂਦਾ ਸੀ ਇਹ 15 ਦਿਨ ਪਹਿਲਾਂ ਹੈ ਤੇ 1 ਅਕਤੂਬਰ ਤੋਂ ਦਿੱਲੀ ਐਨਸੀਆਰ ਦੇ ਵਿੱਚ ਲਾਗੂ ਹੋ ਗਿਆ ਹੈ ਪਹਿਲੇ ਦਿਨ ਯਾਨੀ 1 ਅਕਤੂਬਰ ਨੂੰ ਨੌਇਡਾ ਚ ਗ੍ਰੇਪ ਦਾ ਨਿਯਮ ਤੋੜਨ ਵਾਲਿਆਤੇ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਗ੍ਰੇਡ ਐਡ ਐਕਸ਼ਨ ਰਿਸਪਾਂਸ ਪਲਾਨ ਦੇ ਲਾਗੂ ਹੁੰਦੇ ਹੀ 1 ਯੂਆਈ 300 ਤੋਂ ਵਧੇਰੇ ਹੁੰਦੇ ਹੀ ਡੀਜ਼ਲ ਜਨਰੇਟਰ ਦੇ ਪੂਰੇ ਐਨਸੀਆਰ ਚ ਆਪਰੇਸ਼ਨ ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ ਵੱਡੀਆਂ ਸੋਸਾਇਟੀਆਂ ਹਸਪਤਾਲਾਂ ਹੋਟਲਾਂ ਦੇ ਵਿੱਚ ਐਸਕੇਲੇਟਰ ਅਤੇ ਲਿਫਟਾਂ ਚਲਾਉਣ ਦੇ ਲਈ ਡੀਜ਼ਲ ਜਨਰੇਟਰ ਚਲਾਉਣ ਦੇ ਲਈ ਸਿਰਫ 2 ਘੰਟੇ ਦੀ ਇਜਾਜ਼ਤ ਦਿੱਤੀ ਗਈ ਹੈ ਜਿਵੇਂ ਹੀ ECI ਨੂੰ ਵਧੇਗਾ ਉਵੇਂ ਹੀ ਪਾਬੰਦੀਆਂ ਵੀ ਵਧੀਆਂ ਜਾਣਗੀਆਂ ਗ੍ਰੇਵ ਦੇ ਲਾਗੂ ਹੋਣ ਦੇ ਨਾਲ ਐਨਸੀਆਰ ਦੇ ਉਦਯੋਗਿਕ ਸੰਗਠਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਨੋਇਡਾ ਗ੍ਰੇਟਰ ਨੋਇਡਾ ਦਿੱਲੀ ਦੇ ਵਿੱਚ ਸਾਰੇ ਉਦਯੋਗਿਕ ਸੰਗਠਨ ਪ੍ਰਦੂਸ਼ਣ ਵਿਭਾਗ ਦੇ ਦਫ਼ਤਰ ਦੇ ਬਾਹਰ ਥਾਂ-ਥਾਂ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਅਨੁਸਾਰ ਉਹਨਾਂ ਨੂੰ ਡੀਜ਼ਲ ਜਨਰੇਟਰ ਸੈੱਟ ਚਲਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਉਹਨਾਂ ਦੀ ਉਦਯੋਗਿਕ ਇਕਾਈਆਂ ਬਹੁਤ ਪ੍ਰਭਾਵਿਤ ਹੋਣਗੀਆਂ ਜੇਕਰ ਗੌਤਮ ਬੁੱਧ ਨਗਰ ਦੀ ਗੱਲ ਕਰੀਏ ਤਾਂ ਇਸ ਪੂਰੇ ਇਲਾਕੇ ਦੇ ਵਿੱਚ 20000 ਤੋਂ ਵੱਧ ਛੋਟੀਆਂ ਮੋਟੀਆਂ ਉਦਯੋਗਿਕ ਇਕਾਈਆਂ ਨੇ ਜਿਨ੍ਹਾਂ ਤੇ ਇਸ ਗ੍ਰੇਪ ਸਿਸਟਮ ਦਾ ਅਸਰ ਸਾਫ਼ ਦੇਖਿਆ ਜਾ ਸਕਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਤੁਰੰਤ 50000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਭਾਜਪਾ ਦੇ ਆਸ਼ੀਰਵਾਦਨ ਜੇਪੀ ਨੱਡਾ ਅੱਜ ਹਿਮਾਚਲ ਪ੍ਰਦੇਸ਼ ਦੇ ਦੌਰੇ ਤੇ ਰਹੇ ਹਿਮਾਚਲ ਪਹੁੰਚਣ ਤੇ ਸੀਐਮ ਜੈ ਰਾਮ ਠਾਕੁਰ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜੇਪੀ ਨੱਡਾ ਦੇ ਪ੍ਰੋਗਰਾਮ ਸ਼ਡਿਊਲ ਵਿਚਾਲੇ ਕੁਝ ਸਮਾਂ ਰਾਖਮਾ ਰੱਖਿਆ ਗਿਆ ਇਸ ਰਾਖਵੇਂ ਪ੍ਰੋਗਰਾਮ ਦੌਰਾਨ ਜੇਪੀ ਨੱਡਾ ਦੀ ਊਨਾ ਹਮੇਰਪੁਰ ਅਤੇ ਬिलासपुर ਦੇ ਵਿੱਚ ਪਾਰਟੀ ਆਗੂਆਂ ਦੇ ਨਾਲ ਗੁਪਤ ਸਲਾਮ ਮਸ਼ਵਰੇ ਹੋਏ ਹਿਮਾਚਲ ਪ੍ਰਦੇਸ਼ ਦੇ ਭਾਜਪਾ ਨੇਤਾਵਾਂ ਦੇ ਨਾਲ ਜੇਪੀ ਨੱਡਾ ਦੀ ਚੋਣ ਚਰਚਾ ਵੀ ਹੋਈ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅਜਿਤਰਮ ਸ਼ਾਲਾ ਵਿਦਵਾਨ ਸਭਾ ਹਲਕੇ ਦੇ ਵਿੱਚ 195.3 ਕਰੋੜ ਰੁਪਏ ਦੇ 14 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਨੀ ਪੱਥਰ ਰੱਖਿਆ। ਉਨ੍ਹਾਂ 13.64 ਕਰੋੜ ਰੁਪਏ ਦੀ ਲਾਗਤ ਦੇ ਐਸਟੀਪੀ ਆਟੋਮੇਸ਼ਨ ਅਤੇ ਐਗੀ ਐਗਮੇਟੇਸ਼ਨ ਅਤੇ ਅੰਮ੍ਰਿਤ ਨੀਲ ਸਰੋਵਰ ਦੇ ਨਾਲ 스마트 ਬੱਸਾ ਸ਼ੈਲਟਰ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਲਈ ਗੋਦਾਮ, ਪੁਲ, ਮਹਾਵਿਦਿਆਲੇ ਆਦਿ ਸ਼ਾਮਲ ਨੇ। ਮੁੱਖ ਮੰਤਰੀ ਜੈਰਾਮ ਠਾਕੁਰ ਨੇ 128 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਹੈ ਇਹਨਾਂ ਦੇ ਵਿੱਚ ਧਰਮਸ਼ਾਲਾ 스마트 ਸਿਟੀ ਖੇਤਰ ਦੇ ਵਿੱਚ 101 ਕਰੋੜ ਰੁਪਏ ਦਾ ਵਿਆਪਕ ਬਿਜਲੀਕਰਨ ਪ੍ਰੋਜੈਕਟ ਸ਼ਾਮਲ ਹੈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਦੇ ਅਹੁਦੇ ਦੇ ਲਈ ਸਿੱਧੀ ਚੋਣ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ਨੀਵਾਰ ਨੂੰ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਦੋਂ ਨਗਰ ਕੌਂਸਲ ਪ੍ਰਧਾਨ ਦੇ ਅਹੁਦੇ ਦੇ ਲਈ ਸਿੱਧੀ ਚੋਣ ਹੋ ਸਕਦੀ ਹੈ ਤਾਂ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਦੇ ਅਹੁਦੇ ਲਈ ਸਿੱਧੀ ਚੋਣ ਕਿਉਂ ਨਹੀਂ ਹੋ ਸਕਦੀ? ਉਨ੍ਹਾਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਦੇ ਅਹੁਦੇ ਦੇ ਲਈ ਸਿੱਧੀ ਚੋਣ ਹੁੰਦੀ ਹੈ ਤਾਂ ਕਾਂਗਰਸ ਪਾਰਟੀ ਚੋਣ ਨਿਸ਼ਾਨ ਤੇ ਇਹ ਚੋਣ ਲੜੇਗੀ। ਉਹਨਾਂ ਨੇ ਕਿਹਾ ਕਿ ਜਿਵੇਂ ਸਰਕਾਰ ਨੇ ਐਕਟ ਦੇ ਵਿੱਚ BCA ਰਾਖਵਾ ਕਰਨ ਦੀ ਵਿਵਸਥਾ ਕੀਤੀ ਹੈ ਉਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਮੁਖੀ ਦੇ ਅਹੁਦੇ ਦੇ ਲਈ ਸਿੱਧੀ ਚੋਣ ਦੀ ਵਿਵਸਥਾ ਕੀਤੀ ਜਾਵੇ ਜੇਕਰ ਸਰਕਾਰ ਇਹ ਵਿਵਸਥਾ ਨਹੀਂ ਕਰਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਸਰਕਾਰ ਸਿੱਧੀਆਂ ਚੋਣਾਂ ਕਰਵਾਉਣ ਤੋਂ ਪੱਜ ਰਹੀ ਹੈ हरियाणा ਦੇ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਦੀ ਕੋਸ਼ਨਾ 3 ਅਕਤੂਬਰ ਨੂੰ ਹੋਵੇਗੀ ਸੰਸਦ ਦੇ ਲਈ ਪਹਿਲੀਆਂ ਚੋਣਾਂ 30 ਅਕਤੂਬਰ ਨੂੰ ਸੰਭਵ ਹੋ ਸਕਦੀਆਂ ਨੇ ਪ੍ਰਦੇਸ਼ ਸਰਕਾਰ ਨੇ ਸ਼ਨੀਵਾਰ ਨੂੰ ਰਾਜ ਚੋਣ ਅਯੋਗ ਨੂੰ ਸੂਚਨਾ ਪੇਜੀ ਹੈ ਹੀ ਪ੍ਰਦੇਸ਼ ਦੇ ਵਿੱਚ ਪੰਚਾਇਤ ਮੈਂਬਰ ਪੰਚਾਇਤ ਸਮਿਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਲਈ ਸੀਟਾਂ ਬੀਸੀਏ ਅਤੇ ਲਈ ਡਰਾ ਕੱਢੇ ਗਏ ਨੇ सरपंच पंचायत समिति प्रधान जिला परिषद प्रधान अनुसूचित जाति देखवकंड पूरा हो गया है हिसार जिले के सिर्फ आदमपुर पंचायत, आदमपुर पंचायत समिति हिसार जिला परिषद का ड्रा बाकी है

ਇਸ ਹਨ ਹੁਣ ਤੱਕ ਦੀ ਕੁਝ ਖਾਸ ਖਬਰਾਂ ਵਧੇਰੇ ਜਾਣਕਾਰੀ ਲਈ ਜੁੜੇ ਰੋਡੈਨਿਕ ਸਵੇਰਾ ਟੀਵੀ ਦੇ ਨਾਲ ਤੇ ਜਾਂਦੇ ਜਾਂਦੇ ਇੱਕ ਨਜ਼ਰ ਪਾ ਲੈਨੇ ਆਸੀਆਂ ਖਾਸ ਖਬਰਾਂ ਤੇ ਦੂਮੂਸੇ ਵਾਲਾ ਕੇਸ ਦੇ ਵਿੱਚ ਗ੍ਰਿਫਤਾਰ ਗੈਂਗਸਟਰ ਦੀਪਕ ਤੀਨੂ ਪੁਲਿਸ ਹਿਰਾਸਤ ਤੋਂ ਫਰਾਰ ਡੀਜੀਪੀ ਗੌਰਵ ਯਾਦਵ ਨੇ ਲਿਆ ਵੱਡਾ ਐਕਸ਼ਨ ਡਿਊਟੀ ਤੇ ਮੌਜੂਦ ਸੀਆਈਏ ਪਰਬਾਰੀ ਕੀ ਤਤਸਪੈ ਦੀਪਕ ਤਿੰਨੂ ਦੇ ਫਰਾਰ ਹੋਣ ਤੋਂ ਬਾਅਦ ਵਿਰੋਧੀਆਂ ਦੇ ਟਾਰਗੇਟ ਤੇ ਪੰਜਾਬ ਸਰਕਾਰ ਬੀਜਪੀ ਦੇ ਨੇਤਾ ਤਰुण ਚੋਗ ਸੁਬਾਸ਼ ਸ਼ਰਮਾ ਸਮੇਤ ਪ੍ਰਗਟ ਸਿੰਘ ਨੇ ਚੁੱਕੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਇਸ ਵਾਰ ਨਸ਼ਾ ਖਿਲਾਫ ਅੰਮ੍ਰਿਤਸਰ ਐਸਟੀਐਫਡੀ ਟੀਮ ਨੂੰ ਮਿਲੀ ਵੱਡੀ ਕਾਮਯਾਬੀ ਜੇਲ੍ਹ ਅੰਦਰ ਬੈਠੇ ਨਸ਼ਾ ਤਸਕਰਾਂ ਦਾ ਰੈਕਟ ਚਲਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾ